ਬੰਗਾ ਸ਼ਹਿਰ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੇ ਅਸ਼ੋਕ ਕੁਮਾਰ ਪੁੱਤਰ ਸਤਪਾਲ 55 ਸਾਲ ਨੇ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਅਸ਼ੋਕ ਕੁਮਾਰ ਦੇ ਪੁੱਤਰ ਹੰਸਰਾਜ ਬੱਬੂ ਨੇ ਦੱਸਿਆ ਕਿ ਪਿਛਲੀ ਰਾਤ ਮੇਰੇ ਪਿਤਾ ਨੇ ਆਪਣੇ ਭਰਾ ਤੇ ਭਰਜਾਈ ਤੋਂ ਤੰਗ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨੂੰ ਅਸੀਂ ਬੰਗਾ ਦੇ ਪ੍ਰਾਈਵੇਟ ਹਸਪਤਾਲ ਤੋਂ ਬਾਅਦ ਸਰਕਾਰੀ ਹਸਪਤਾਲ ਬੰਗਾ, ਫਿਰ ਢਾਹਾਂ ਦੇ ਹਸਪਤਾਲ, ਬਾਅਦ ਵਿੱਚ ਇੱਕ ਵੱਡੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਗਏ, ਜਿਸ ਦੀ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ, ਪਰੰਤੂ ਪੁਲਿਸ ਸਾਡੇ ਕਿਸੇ ਵੀ ਤਰ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਪੁਲਿਸ ਨੂੰ ਸੁਸਾਈਡ ਨੋਟ ਵੀ ਦਿੱਤਾ ਜਿਸ ਵਿੱਚ ਮੇਰੇ ਪਿਤਾ ਨੇ ਜੋ ਲਿਖਿਆ ਹੈ ਉਸ ਨੂੰ ਮੈਨੂੰ ਹਸਪਤਾਲ ਲਿਜਾਂਦੇ ਸਮੇਂ ਵੀ ਕਿਹਾ ਕਿ ਤੇਰੇ ਚਾਚਾ ਚਾਚੀ ਨੇ ਮੇਰੇ ਨਾਲ ਬਹੁਤ ਗਲਤ ਅਤੇ ਮਾੜਾ ਕੰਮ ਕੀਤਾ ਜੋ ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਮੇਰੀ ਮੌਤ ਦੇ ਅਸਲ ਜ਼ਿੰਮੇਵਾਰ ਇਹ ਦੋਨੋਂ ਵਿਅਕਤੀ ਹਨ ਅਤੇ ਸਾਰੇ ਪਰਿਵਾਰ ਨੇ ਇਨਸਾਫ ਦੀ ਮੰਗ ਵੀ ਕੀਤੀ। ਜਦੋਂ ਇਸ ਸੰਬੰਧੀ ਮ੍ਰਿਤਕ ਦੇ ਭਰਾ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਵੀ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਫਿਰ ਥਾਣਾ ਸਿਟੀ ਬੰਗਾ ਦੇ ਵੱਖ ਵੱਖ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ। ਸਾਰੇ ਇੱਕ ਦੂਜੇ ਉੱਤੇ ਗੱਲ ਸਿੱਟਦੇ ਨਜ਼ਰ ਆਏ ਔਰ ਕੋਰੋਨਾ ਕਾਲ ਕਰਕੇ ਥਾਣੇ ਦੇ ਵਿੱਚ ਇੱਕ ਇੱਕ ਹੀ ਵਿਅਕਤੀ ਨੂੰ ਅੰਦਰ ਜਾਣ ਦਿੱਤਾ ਗਿਆ। ਮੈਡਮ, ਮੈਂ ਤਾਂ ਚਾਚਾ ਬੋਲ ਰਿਹਾ, ਇੱਕ ਰਿਕੁਐਸਟ ਆ, ਅਸੀਂ ਚਾਹੀਏ, ਮਤਲਬ ਐਗਜ਼ਾਮਪਲ ਦੇ ਰਿਹਾ, ਮੈਂ ਧਮਕੀ ਨਹੀਂ ਦੇ ਰਿਹਾ, ਰਿਕੁਐਸਟ ਆ, ਜਿੱਥੇ ਮਰਜ਼ੀ ਚਾਹੀਏ, ਹਾਈ ਕੋਰਟ, ਸੁਪਰੀਮ ਕੋਰਟ, ਅਕਸਰ ਜਮਾ ਮਤਲਬ FIR ਤੁਸੀਂ ਕੱਟਣੀ ਆ। ਅਸੀਂ ਰਿਕੁਐਸਟ ਲੈ ਕੇ ਆਏ ਹਾਂ ਤੁਹਾਡੇ ਕੋਲ ਕਿ ਸਾਡੀ FIR ਕੱਟੀ ਜਾਵੇ, ਠੀਕ ਹੈ ਨਾ ਮੈਮ? ਜੇ ਇੱਕ ਮਿੰਟ, ਉਹ ਬੱਚਾ ਹਜੇ ਬੱਚਾ, ਉਹ ਸਾਡੀ ਉਮਰ ਦਾ ਨਹੀਂ, ਉਹ ਕੁਛ ਸਮਝਦਾ ਨਹੀਂ, ਜਿਹਦਾ ਡੈਡੀ ਪਹਿਲਾਂ ਪੂਰਾ ਹੋ ਚੁੱਕਾ ਔਰ ਡਿਪਰੈਸ਼ਨ 'ਚ ਆ, ਉਹਨੂੰ ਕੀ ਆਸਾਨੀ ਲੱਗੂਗੀ? ਤੁਸੀਂ ਤੀਸਰੇ ਬੰਦੇ ਨੂੰ ਦੇਖਣ ਨਹੀਂ ਦੇ ਰਹੇ, ਇਹ ਤਾਂ ਬੇਇਨਸਾਫੀ ਆ ਨਾ ਮੈਮ। ਇਜ਼ ਇਟ ਲੋਅ? ਮੈਡਮ, ਜਾਂ ਤਾਂ ਕਹਿ ਦਿਓ ਕਿ ਇੱਥੇ ਭਾਜਪਾਈਆਂ ਦੀ ਦੰਗਾਈ ਸਰਕਾਰ ਚੱਲਦੀ ਪਈ ਆ, ਇਹ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ 'ਚ, ਪਰ ਇੱਦਾਂ ਨਹੀਂ ਸਾਨੂੰ ਮੈਡਮ ਦੇਖੋ, ਮੈਡਮ ਪੁਲਿਸ ਡਿਪਾਰਟਮੈਂਟ, ਮੈਡਮ ਪੁਲਿਸ ਡਿਪਾਰਟਮੈਂਟ ਪੰਜਾਬ ਸਰਕਾਰ ਨੂੰ ਰਿਲੇਟਡ ਆ, ਅਸੀਂ ਮੈਂ ਖੁਦ ਕਾਂਗਰਸੀ ਹਾਂ, ਤੁਸੀਂ ਕਾਂਗਰਸ ਹੋਣ ਦੇ ਮੈਡਮ ਮੈਡਮ ਮੇਰੀ ਰਿਕੁਐਸਟ ਆ, ਮੈਡਮ ਇੱਕ ਰਿਕੁਐਸਟ ਆ, ਜੇ ਬਾਕੀ ਦੇ ਰਿਲੇਟਿਵ ਜੇ ਪੜ੍ਹ ਵੀ ਲਉਂਗੇ। ਅਤੇ ਹੁਣ ਮੈਂ ਸਵੇਰ ਦਸ ਵਜੇ ਟਾਈਮ ਦਿੱਤਾ ਸੀ, ਮੈਂ ਆਇਆ ਇੱਥੇ ਆਪਣਾ ਮੇਰਾ ਉਹ ਮੈਂ ਸੁਸਾਈਡ ਨੋਟ ਦਿੱਤਾ ਨਾਲ ਇਹਨਾਂ ਨੂੰ, ਇਹ ਉਹ ਸੁਸਾਈਡ ਨੋਟ ਰਾਹੀਂ 306 ਦਾ ਪਰਚਾ ਸੁਸਾਈਡ ਨੋਟ ਵਿੱਚ ਮੈਨਸ਼ਨ ਕਰਨ, ਉਹਦੇ ਨਾਲ ਹੀ ਮੇਰਾ ਓਰੀਜਨਲ ਸੁਸਾਈਡ ਨੋਟ ਇਹਨਾਂ ਕੋਲ ਆ, ਅਤੇ ਮੇਰੇ ਕੋਲ ਸਿਰਫ ਕਾਪੀ ਪਈ ਹੈ ਇਸ ਟਾਈਮ, ਮੈਂ ਕਾਪੀ ਕਰ ਲਈ ਪਰ ਓਰੀਜਨਲ ਮੈਨੂੰ ਦੇ ਨਹੀਂ ਰਿਹਾ। ਮੈਂ ਕਈ ਵਾਰ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਵਿੱਚ ਮੈਨਸ਼ਨ ਕਰੋ, ਉਹ ਕਹਿੰਦੀ ਸਾਡੀ ਪ੍ਰੋਪਰਟੀ ਰਹਿਣੀ ਹੈ, ਜਾਣੀ ਅਸੀਂ ਇਹ ਫਰਦ ਬਣਾ ਕੇ ਉੱਥੇ ਦੁਬਾਰਾ, ਫਰਦ ਦਾ ਵਰਡ ਭਾਜੀ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ, ਸਹੀ ਮਾਇਨੇ 'ਚ ਅਸੀਂ ਇਹ ਕਹਿੰਦੇ ਹਾਂ ਘੁੰਮ ਜਾਵਾਂਗੇ, ਬਾਅਦ ਸਾਡੇ ਲਾਈਨ ਦਰਜ ਕੀਤੀ ਜਾਵੇ ਕਿ ਹਾਂ ਸਾਨੂੰ ਮੈਨਸ਼ਨ ਹੈ ਇਹਦੇ ਵਿੱਚ, ਸਾਨੂੰ ਇਨਸਾਫ ਮਿਲਣਾ ਨਹੀਂ ਉਸ ਤੋਂ ਬਾਅਦ, ਸਾਨੂੰ ਇੰਨਾ ਪਤਾ। ਤੁਸੀਂ ਹੁਣ ਅਗਲੀ ਕਾਰਵਾਈ ਕੀ ਕਰੋਗੇ? ਅਸੀਂ ਅਗਲੀ ਕਾਰਵਾਈ ਉੱਪਰ ਜਾਵਾਂਗੇ, ਦੇਖਦੇ ਹਾਂ। ਸੀਨੀਅਰ ਅਫਸਰ? ਸੀਨੀਅਰ ਅਫਸਰ ਜਾਵਾਂਗੇ। ਮੇਰਾ ਨਾਮ ਜੀ ਹੰਸਰਾਜ, ਮੇਰੇ ਆਤਮ ਹੱਤਿਆ ਡੈਡੀ ਨੇ, ਤਾਂ ਉਹਨਾਂ ਦੇ ਤੰਗ ਹੋ ਕੇ ਮੇਰੇ ਡੈਡੀ ਨੇ ਆਤਮ ਹੱਤਿਆ, ਉਹਨਾਂ ਨੇ ਤੰਗ ਪਰੇਸ਼ਾਨੀ ਕੀਤੀ, ਇਹਨਾਂ ਨੂੰ ਤੰਗ ਕੀਤਾ ਹੋਊਗਾ ਤਾਂ ਹੀ ਉਹਨੇ ਆਤਮ ਹੱਤਿਆ ਕੀਤੀ ਆ। ਉਹਨਾਂ ਨੇ ਕੁਛ ਖਾ ਲਿਆ, ਮੈਂ 4 ਹੋਸਪਿਟਲ ਗਿਆ ਘੱਟੋ ਘੱਟ, ਪਹਿਲਾਂ ਮੈਂ 3 ਨਜ਼ਦੀਕ ਧੀ ਹੋਸਪਿਟਲ ਗਿਆ, ਫਿਰ ਮੈਂ ਉੱਥੇ ਸਿਵਲ ਹੋਸਪਿਟਲ ਬੰਗੀ ਗਿਆ, ਉਹਨੇ ਮੇਰੇ ਉੱਥੇ ਗਲੂਕੋਜ਼ ਵਗੈਰਾ ਲਾ ਕੇ ਫਿਰ ਮੈਨੂੰ ਹੀ ਰੈਫਰ ਕਰਤਾ ਕਿ ਢਾਹੀ ਚੱਲ ਜਾਓ, ਢਾਹੀ ਗਿਆ, ਢਾਹੀ ਉੱਥੇ ਪ੍ਰੋਬਲਮ ਆਈ, ਉਹ ਕਹਿੰਦੇ ਵੀ ਪੈਸੇ ਬਹੁਤ ਮੰਗ ਰਹੇ ਸੀ ਪਰ ਮੇਰੇ ਕੋਲ ਇੰਨੇ ਨਹੀਂ ਹੋਣੇ ਸੀ, ਪਰ ਉਹਦੇ ਵੀ ਗਰੰਟੀ ਨਹੀਂ, ਮੈਂ ਕਿਹਾ ਜੇ ਪੈਸੇ ਲਾ ਲੈਂਦੇ ਗਰੰਟੀ ਤਾਂ ਦਿਓ, ਕਹਿੰਦੇ ਗਰੰਟੀ ਕੋਈ ਨਹੀਂ, ਅੱਗੇ ਉਹਨਾਂ ਦੇ ਸਾਹ ਉਸ ਵੇਲੇ ਖਤਮ ਹੋਏ ਨਾਲ ਦੇ ਸੀ, ਅਸੀਂ ਫਿਰ ਨਵੇਂ ਸ਼ਹਿਰ ਲੈ ਗਏ, ਨਵੇਂ ਸ਼ਹਿਰ ਮੈਂ ਕਿਹਾ ਜੇ ਚੰਡੀਗੜ੍ਹ ਉਹਨਾਂ ਨੂੰ ਰੈਫਰ ਕਰਾਉਣਾ, ਚੰਡੀਗੜ੍ਹ ਨੂੰ ਰੈਫਰ ਦਿੱਤਾ ਜਾਣ ਨੂੰ, ਉੱਥੇ ਡੈਡੀ ਮੇਰੇ ਦੇ ਸਾਹ ਖਤਮ ਹੋ ਗਏ। ਡੈਡੀ ਤੁਹਾਡੇ ਦਾ ਨਾਮ ਕੀ ਹੈ? ਡੈਡੀ ਮੇਰੇ ਦਾ ਨਾਮ ਜੀ ਅਸ਼ੋਕ ਕੁਮਾਰ, ਉਹਨਾਂ ਦੀ ਸੀਗੀ 50 ਤੋਂ 55 ਸਾਲ ਸੀ। ਅਤੇ ਆਤਮ ਹੱਤਿਆ ਕੀਤੀ ਕਿਉਂ? ਆਤਮ ਹੱਤਿਆ ਉਹਨਾਂ ਨੇ ਜੀ ਤੰਗ ਪਰੇਸ਼ਾਨੀ ਕੀਤਾ, ਮੇਰੇ ਡੈਡੀ ਨੇ ਡਿਪਰੈਸ਼ਨ 'ਚ ਆ ਕੇ, ਮੇਰੇ ਚਾਚਾ ਅਤੇ ਚਾਚੀ ਉਹਨਾਂ ਦਾ ਨਾਂ ਊਸ਼ਾ ਰਾਣੀ ਅਤੇ ਮੇਰੇ ਚਾਚੇ ਦਾ ਨਾਮ ਨਰੇਸ਼ ਕੁਮਾਰ ਜੀ। ਪੈਸਿਆਂ ਦਾ ਕੋਈ ਜ਼ਮੀਨ ਦਾ ਲੈਣ ਦੇਣ ਨਹੀਂ ਸੀਗਾ, ਮਾੜਾ ਮੋਟਾ ਸੀਗਾ, ਚਲੋ ਉਹ ਚੱਲਦਾ ਸੀ, ਇਹ ਨਹੀਂ ਨਾ ਮੇਰੇ ਬਾਹਰ ਕੰਧ ਦੇ ਬਿੱਦਾ ਕੰਧ ਖੜੀ ਕਰ ਦਿੱਤੀ ਮੀਟਰ ਦੀ, ਚਲੋ ਇਹ ਨਹੀਂ ਕੰਧ ਇਹ ਨਹੀਂ ਰਾਤੋ ਰਾਤ ਬਣਾ ਦਿੱਤੀ, ਅਤੇ ਮੈਂ ਰਾਤੋ ਰਾਤ ਬਣਾ ਦਿੱਤੀ, ਜਦੋਂ ਮੈਂ ਆ ਕੇ ਕੰਮ ਤੋਂ ਆਇਆ, ਮੈਂ ਕੰਮ ਤੋਂ ਆ ਕੇ ਦੇਖਿਆ ਅਤੇ ਇਹ ਨਹੀਂ ਮੈਂ ਆ ਕੇ ਢਾ ਦਿੱਤੀ, ਇਹ ਉੱਪਰੋਂ ਮੈਂ ਕਿਹਾ ਕਹਿੰਦੀ ਉੱਪਰੋਂ ਮੈਨੂੰ ਇਹਨੇ ਕਿਹਾ ਮਤਲਬ ਨਹੀਂ ਤੇਰਾ ਬੇਸਰਕਾਰੀ ਗਲੀ, ਮੈਂ ਕਿਹਾ ਸਰਕਾਰੀ ਮੇਰੀ ਕੰਧ ਦੇ ਮੂਹਰੇ ਤੋਂ ਕੰਧ ਬਣਾਏ ਸਾਲੀ, ਫਿਰ ਉਹਦੇ ਢਾ ਦਿੱਤੀ, ਇਹਨੇ ਇੱਟਾਂ ਉੱਟਾਂ ਮਾਰੀਆਂ, ਅਸੀਂ ਵੀ ਮਾਰੀਆਂ ਐਵੇਂ ਕਹਿੰਦੀ, ਅਤੇ ਉੱਧਰੋਂ ਮੇਰੇ ਡੈਡੀ ਦੇ ਜ਼ਿਆਦਾ ਵੱਜ ਗਏ ਸੱਟ, ਮੇਰੇ ਡੈਡੀ ਦੀ ਬਾਂਹ ਫ੍ਰੈਕਚਰ ਹੋ ਗਈ ਸਾਰੀ, ਮੇਰੇ ਤੋਂ ਐਕਸਰਾ ਵਗੈਰਾ ਸਾਰੇ ਪਏ ਆ, ਅਤੇ ਉਸ ਡੈਡੀ ਨੇ ਤੰਗ ਪਰੇਸ਼ਾਨੀ, ਉਸ ਤੋਂ ਬਾਅਦ ਜਦੋਂ ਡੈਡੀ ਨੂੰ ਉੱਥੇ ਥਾਣੇ ਫੈਸਲਾ ਵੀ ਹੋਇਆ,
बाद मैडम उन्हें कराया फैसला साडा हो गया सारा फैसला उत्थे चलो इन्हें खर्चा देने मन गए 8000 रुपया कहते दवांगे चलो तुम इलाज करा लो तो इलाज फिर भी मैं सरकारी करा रहा जो मैं इलाज इदा भी हो जाता मेरा आधार कार्ड वगैरह जो नीला कार्ड वगैरह नहीं बनया नहीं तो मैं मेरा इलाज फ्री हो जाना जी डैडी का तो उस तो अलावा ही मैं बस वो नहीं पैसे दे रहे अब वायदा से जानू मेरे डैडी ने आके रात को सुसाइड कर लिया सुसाइड किना तो किया तुसी कहने चाचा चाची का ना की है किथे रहंदे आ चाचा चाची साडे बेड़े दे विच परिवार दा पूरा जगह दे विच पिछे रहंदे पिछले पासे उहनां दा हैगा नाम उषा राणी ते दूजा नरेश कुमार नरेश कुमार चाची दा ना हां जी मेरा चाचा छोटा मेरे डैड मेरे डैडी दा ब्रदर छोटा प्रशासन तो मैं मंग यही करदा वा जिहड़ा मेरा इन्हें किया मेरे डैडी की जान चली गई वो तो वापस नहीं होनी पर उन्हें इन्हों तो तंग आ के उन्हें अपनी जान गवा ली तो उस दे विच उन्होंने कोई सुसाइड नोट वगैरह भी लिखे हाँ जी सुसाइड नोट लिखे लिखा उन्होंने वो फिर मैं थाने लेके गए मेरे बयान भी उन्होंने नहीं लेने तो बाकी वो कहते तू अपना बयान पढ़ के उन्हें मैं गड्डी दे विच गया सीगा उन्होंने मैं पहले इत्थों तो चलो मोटरसाइकिल से लेके गया बड़े तंग मैं मुंडे नूं अपने माला ना मुंडा उन्होंने मैं फोन किया मैं गड्डी लेके आया भी मेरा यानी डैडी ने कुछ खा लिया वा तो मैं कहा आ जा जल्दी ये मुंडा बेचारा आया माला तो मैं आके उन्होंने जो गड्डी च लैके गया तो मैंने जाते जाते डैडी ने कहता कहता बबू तू तंग हो के कहना मैं ना तू कहना मैं कुछ कर लिया मैं डैडी ने कहा मैं की लोड़ सी एवं माड़े मोटे तो कहानी तेरी बाह मैं ठीक करा लैनी तू कहू एवं इदा इदा आप इधर कदम आप इधर कदम चकना नहीं तू कि चक लिया है कदम यानी मैनू नहीं पता उन्हें किड़े डिप्रैशन च आ गए कि इन्होंने कोई तंग परेशानी की या कि वा उन्होंने अपने सुसाइड नोट लिख के भी गए यानी अपने जेब से तो बाकी मेरे बयान भी उन्हें लेने मैं बयान के यही दसूँगा करके मैं उन्होंने जो गड्डी मैंने नहीं आह गल मैंने डैडी ने कही मेरे हत्थों से डैडी की मेरे की जान चली मेरा भरा नाल मेरे एक चाचे का मुंडा वा होर जो यानी कि मेरा चाचे का मुंडा बाहर गली जा उन्होंने अं चाचे कहने यानी कि वह ना अभी 3-4 जने गड्डी गए हैं तो यानी कि ਤੁਸੀਂ ਬੜੀ ਕੋਸ਼ਿਸ਼ ਕੀਤੀ ਯਾਨੀ ਕਿ 3-4 ਹੋਸਪਿਟਲ ਕੰਮ ਕੀ ਕਰਦੇ ਤੁਹਾਡੇ ਕੰਮ ਡੈਡੀ ਮੇਰੇ ਟੇਲਰ ਦਾ ਕਰਦੇ ਸੀ ਘਰੇ ਹੀ ਜਾ ਕੇ ਬਸ ਸ਼ੌਪ ਘਰੇ ਹੀ ਕਰਦੇ ਸੀ ਉੱਥੇ ਪਹਿਲਾਂ ਕੇਸੀ ਟੇਲਰ ਦੇ ਕਰਦੇ ਹੁੰਦੇ ਸੀ ਕੰਮ ਅਤੇ ਹੁਣ ਉਹ ਘੱਟ ਵੱਧ ਹੀ ਕਰਦੇ ਸੀ ਇੱਦਾਂ ਕੰਮ ਆਪਣਾ ਦਿਲ ਕੀਤਾ ਕਰ ਲੈਂਦੇ ਸੀ ਨਹੀਂ ਕਰਦੇ ਸੀ ਫਿਰ ਕਈ ਦਾ ਵੀ ਨਹੀਂ ਸੀਗਾ ਮੈਨੂੰ ਬੜਾ ਪਰੇਸ਼ਾਨੀ ਕਰੀ ਪੂਰਾ ਐਡਰੈਸ ਰੇਲਵੇ ਫਾਟਕ ਬੰਗਾ ਜਿੱਦਾਂ ਅੰਬੇਦਕਰ ਨਗਰ ਵੀ ਕਹਿੰਦੇ ਰੇਲਵੇ ਫਾਟਕ ਕਰੋਸਿੰਗ ਦਾ ਆਧਾਰ ਕਾਰਡ 'ਤੇ ਰੇਲਵੇ ਫਾਟਕ ਆ ਜਿੱਦਾਂ ਆਉਂਦਾ ਇਹਦਾ ਨਦੀ ਗ੍ਰੇਡ ਰੇਲਵੇ ਫਾਟਕ ਪੁਲਿਸ ਨੂੰ ਤੁਸੀਂ ਇਨਫੋਰਮੇਸ਼ਨ ਦੇਤੀ ਇਹਦੀ ਪੁਲਿਸ ਨੂੰ ਅਸੀਂ ਰਾਤ ਨੂੰ ਪਹਿਲਾਂ ਮੈਂ ਸਿਟੀ ਕਾਲ ਕੀਤੀ ਸਿਟੀ ਕਾਲ 63-500 ਦੇ ਉੱਤੇ ਕਾਲ ਚੱਕ ਨਹੀਂ ਰਹੇ ਸੀਗੇ ਅਤੇ ਚਾਚੇ ਮੇਰੇ ਨੇ ਕੀਤੀ ਕਰਕੇ ਮੇਰੇ ਤਾਂ ਹੋਸ਼ ਹੋਏ ਨਹੀਂ ਮੈਂ ਚਾਚੇ ਮੇਰੇ ਨੇ ਫੋਨ ਕੀਤਾ ਅਮਰਜੀਤ ਨੇ ਉਹਨੇ ਫਿਰ ਕੰਟਰੋਲ ਰੂਮ 'ਤੇ ਕੀਤਾ ਨਵੇਂ ਸ਼ਹਿਰ ਫੋਨ ਅਤੇ ਉਹ ਚਾਚੇ ਉਹਨੇ ਮੇਰੇ ਇੱਥੇ ਕੋਲ ਹੀ ਆ ਜੇ ਪੁੱਛਣਾ ਚਾਹੁੰਦੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਕੋਈ ਇਹਨਾਂ ਨੇ ਫੋਨ ਕੀਤਾ ਫਿਰ ਫੋਨ SHO ਸਾਹਿਬ ਦਾ ਮੈਨੂੰ ਫੋਨ ਆਇਆ 3 ਵੱਜ ਗਏ ਕਿੰਨੇ ਮਿੰਟ 'ਤੇ ਫੋਨ ਆਇਆ ਹਾਂਜੀ ਅਤੇ ਮੈਂ ਉਹ ਯਾਨੀ ਮਾੜੀ ਜਿਹੀ ਕਹਿੰਦੇ SHO ਸਾਹਿਬ ਬੋਲਦੇ ਮੈਂ ਆਪਣੇ ਚਾਚੇ ਨਾਲ ਗੱਲ ਕਰਾਈ ਸੀ ਇਹਨੇ ਗੱਲ ਕੀਤੀ ਵੀ ਉਹ ਕੀ ਕਹਿੰਦੇ ਕਹਿੰਦੇ ਵੀ ਤੁਸੀਂ ਇੱਥੇ ਨਹੀਂ ਕੀਤਾ ਪਤਾ ਨਹੀਂ ਕੰਟਰੋਲ ਰੂਮ 'ਤੇ ਫੋਨ ਕੀਤਾ ਤਾਂ ਕੁਛ ਕਹਿੰਦੇ ਸੀਗੇ ਵੀ ਤੁਸੀਂ ਉੱਪਰ ਕਾਹਦੇ ਕੀਤਾ ਫੋਨ ਇੱਦਾਂ ਯਾਨੀ ਕਿ ਲੜਾਈ ਝਗੜਾ ਕੀਤਾ ਸੀ ਮੀਟਰ ਲਾਉਣ ਦੀ ਖਾਤਰ ਕੋਲਾ ਬਣਾ ਲਿਆ ਸੀ ਲੜਾਈ ਕਰ ਲਈ ਸੀ ਉਹਦੇ ਨਾਲ ਉਹਨਾਂ ਦੀ ਬਾਂਹ ਫ੍ਰੈਕਚਰ ਹੋ ਗਈ ਸੀ ਤੁਸੀਂ ਫਿਰ ਇਹਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਸਾਡਾ ਫੈਸਲਾ ਹੋਇਆ ਸੀ ਰਾਤੀ ਜਿਹੜੀ ਘਟਨਾ ਵਾਪਰੀ ਆ ਸੁਸਾਈਡ ਕੀਤੀ ਆ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਦੱਸਿਆ ਉਹ ਜੀ ਫੋਨ ਇਹਨਾਂ ਨੇ ਬੇਟੇ ਨੇ ਕੀਤਾ ਸੀ ਜੀ ਕੋਈ ਉਹਨਾਂ ਨੇ ਸੁਸਾਈਡ ਨੋਟ ਵੀ ਲਿਖਿਆ ਸੀਗਾ ਲਿਖਿਆ ਸੀ ਮੈਂ ਕਿਤੋਂ ਤੰਗ ਹੋਇਆ ਜਾਂ ਕਿ ਨਹੀਂ ਇਹਦਾ ਕੁਝ ਹਾਂਜੀ ਯਾਨੀ ਆਪਣੇ ਭਰਾ ਭਰਜਾਈ ਤੋਂ ਤੰਗ ਹੋ ਕੇ ਲਿਖਿਆ ਸੀ ਠੀਕ ਉਹ ਕਿੱਥੇ ਆ ਸੁਸਾਈਡ ਨੋਟ ਸਿਟੀ ਥਾਣੇ ਇਹਨਾਂ ਦੇ ਜੋ ਮੇਰਾ ਦੂਸਰਾ ਕਜ਼ਨ ਬ੍ਰਦਰ ਆ ਨਾ ਉਹਨਾਂ ਦੀ ਫੈਮਿਲੀ ਵੱਲੋਂ ਜ਼ਿਆਦਾ ਪਰੇਸ਼ਾਨ ਕੀਤਾ ਕਾਫੀ ਦਿਨਾਂ ਤੋਂ ਪਰੇਸ਼ਾਨ ਅਸੀਂ ਇਸੇ ਘਰ 'ਚ ਰਹਿ ਰਹੇ ਹਾਂ ਕਾਫੀ ਚਿਰ ਤੋਂ ਪਰੇਸ਼ਾਨ ਕਰਦੇ ਆ ਰਹੇ ਲਗਭਗ 9 ਵਜੇ ਪਹਿਲਾਂ ਮੈਂ ਦੇਖਿਆ ਕਿ ਬਾਹਰੋਂ ਆ ਰਹੇ ਮੇਰੇ ਕਜ਼ਨ ਬ੍ਰਦਰ ਉਸ ਤੋਂ ਬਾਅਦ ਮੈਂ ਕਿਹਾ ਸ਼ਾਇਦ ਇਹਨਾਂ ਦੇ ਸੱਟ ਚੋਟ ਲੱਗੀ ਹੋਊਗੀ ਇਹ ਬੈਠੇ ਸੀ 11 ਵਜੇ ਦੇ ਕਰੀਬ ਕਰੀਬ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਜਦੋਂ ਭਾਬੀ ਜੀ ਮੇਰੇ ਕੋਲ ਆਏ ਕਿ ਉਹਨਾਂ ਨੇ ਕੋਈ ਸਿਹਤ ਖਰਾਬ ਹੋ ਗਈ ਆ ਉਸ ਤੋਂ ਬਾਅਦ ਉਹ ਹੋਸਪਿਟਲ ਲੈ ਗਏ ਲਗਭਗ ਜਦੋਂ ਇਹ ਸਾਰਾ ਹੀ ਜਦੋਂ ਮਾਹੌਲ ਦੂਸਰਾ ਹੋਇਆ ਪਤਾ ਲੱਗਾ ਕਿ ਮੇਰੇ ਕਜ਼ਨ ਬ੍ਰਦਰ ਦੀ ਡੈਥ ਹੋ ਗਈ ਹੈ ਨਾ ਉਸ ਵੇਲੇ ਮੈਨੂੰ ਟਾਈਮ ਨਹੀਂ ਪਤਾ ਕਿਉਂਕਿ ਇੱਦਾਂ ਦੇ ਮਾਹੌਲ 'ਚ ਨਾ ਕੋਈ ਟਾਈਮ ਦੇਖਦਾ ਹੁੰਦਾ ਮੈਂ ਹੋਸਪਿਟਲ ਗਿਆ ਡਾਕਟਰ ਸਾਹਿਬ ਕੋਲ
गल की, मैं एक रैफर किया जाए, एक परची दिती जाए जिहड़ा आसानी नाल डेड बॉडी असी शवगृह च जमा कराई जाए। उन्होंने दिती नहीं, तो फिर असी शवगृह च गए। पहला डॉक्टर साहब ने मैनू लगा इस तरह प्रतीत होया कि डॉक्टर साहब जो ये पहला गए सी उन्होंने थाने फोन कर दिता होगा, क्योंकि लॉ एंड ऑर्डर के अंतर्गत आंदा सी। इन्होंने फिर सिविल हॉस्पिटल जो नवें शहर गए उन्होंने भी शायद मेरे दिमाग च यह सी कि उन्हें फोन कर दिता होगा जिन्हां दी उन्हां दी ड्यूटी बनती आ सिविल हॉस्पिटल वालों की। जब मैं फोन लगभग मैं टाइम नहीं पता, मैं शायद मोबाइल पर हो, मैं किया फोन 018-23-5500 से दो कॉल कीतियां पूरी, उन्होंने फोन नहीं चुकया। आखिरकार मैं फोन किया 018-23-221-022 यानी कि SSP हैडक्वाटर, उन्होंने मैनू नंबर दिता एक 22-65-24 कुछ इदा, उन्हों का हैडक्वाटर का नंबर सी। उसते कॉल करने तो बाद थोड़े टाइम बाद SHO साहब ने मैनू बैक कॉल आई, पता नहीं SHO साहब सी मैनू नहीं पता कौन सी, उन्होंने उन्होंने मैं घटना दिती पूरी दसी, पर उन्हां दी गलबात तो इदा लग रहा सी कि वह इंट्रस्टड नहीं आन दे मौका देखण दे। मैं एक जिम्मेवारी नागरिक दे तौर ते उन्हां नू इतला दिती कि आ घटना हो गई है, पर उन्होंने कोई गौर नहीं किया। हुण एक सुसाइड नोट जो साडे कजन ब्रदर दा मिलिया वह सुसाइड नोट नू रिजैक्ट कर रहे हैं SSO साहब, जबकि मेरे हिसाब ना वो 306 दे अंदर IPC 306 दे अंदर परचा दर्ज होना चाहिए। इसी यही अपील करते हैं कि 306 का परचा दर्ज किया जाए, साहब 306 का परचा उन्होंने कार्रवाई की जाए। एक मेरे भाभी जी आ मेरे हिसाब ना उन्होंने वह जो ओरिजिनल है सुसाइड नोट वह पुलिस वाले ने उन्होंने को रख लिया, कृपया वह भी दवाया जाए। मैनू नहीं को पता है गल खत्म।